ਹਾਂਜੀ ਭਾਜੀ, ਕੀ ਗੱਲ? ਇੱਥੇ ਬੈਠੇ ਆਰਾਮ ਨਾਲ ਉੱਠ ਕੇ ਖੜੇ ਹੋ ਯਾਰ, ਤੂੰ ਆਪ ਤੇ ਕੀ ਉੱਠਣਾ, ਮੈਨੂੰ ਵੀ ਥੱਲੇ ਸੁੱਟ ਲਿਆ ਯਾਰ। ਕਨੇਡਾ ਦੇ ਵਿੱਚ ਤੁਸੀਂ ਸਵਰਗਾਂ 'ਚ ਬੈਠੇ ਹੋ, ਥੋੜ੍ਹੇ ਮੂੰਹ ਇੱਧਰ ਕਰਕੇ ਬੈਠੇ ਹੋ, ਸਵਰਗ ਤੁਹਾਡਾ ਇੱਧਰ ਹੈਗਾ ਪਿੱਛੇ। ਭਾਜੀ ਜੋ ਮੇਰਾ ਹਾਲ ਹੈ ਨਾ, ਮੋਟਾਪੇ ਕਰਕੇ ਤੁਰਿਆ ਨਹੀਂ ਜਾਂਦਾ। ਮੈਨੂੰ ਪਤਾ ਬਲੂ ਮਾਊਂਟੇਨ ਜਿਹੜਾ ਸਵਰਗ ਹੈ ਕਨੇਡਾ ਦਾ, ਪਰ ਭਾਜੀ ਮੈਨੂੰ ਮੋਟਾਪੇ ਕਰਕੇ ਸ਼ੂਗਰ, ਬਲੱਡ ਪ੍ਰੈਸ਼ਰ, ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਗਈਆਂ। ਮੈਨੂੰ ਤਾਂ ਡਰ ਲੱਗਦਾ ਮੈਂ ਸੱਚੀ ਮੁੱਚੀ ਸਵਰਗਵਾਸ ਨਾ ਹੋ ਜਾਵਾਂ। ਭਾਜੀ ਅੱਜ ਤੋਂ 4 ਸਾਲ ਪਹਿਲਾਂ ਮੇਰਾ ਵੀ ਹਾਲ ਤੁਹਾਡੇ ਵਰਗਾ ਸੀ, ਐਡਾ ਹੀ ਮੈਂ ਮੋਟਾ ਸੀਗਾ। ਮੈਂ ਤੁਹਾਨੂੰ ਫੋਟੋ ਦਿਖਾਵਾਂ, ਤੁਸੀਂ ਹੈਰਾਨ ਹੋ ਜਾਓਗੇ। ਮੈਨੂੰ ਕਿਸੇ ਨੇ ਦੱਸਿਆ ਜਲੰਧਰ ਇੱਕ ਸਟਾਰ ਹਸਪੀਟਲ, ਉਹ ਬਰੀਆਟਿਕ ਸਰਜਰੀ ਕਰਦੇ ਆ। ਅੱਛਾ, ਤੇ ਮੈਂ ਜਲੰਧਰ ਬਰੀਆਟਿਕ ਸਰਜਰੀ ਕਰਾਈ, ਤਾਂ ਪਤਲਾ ਹੋਇਆ, ਸਵਰਗਾਂ 'ਚ ਜੁੜੇ ਲੈਣ ਡਿਆ। ਉਹ ਬਰੀਆਟਿਕ ਸਰਜਰੀ ਤੋਂ ਭਾਜੀ ਮੈਨੂੰ ਡਰ ਲੱਗਦਾ, ਮੈਂ ਨਹੀਂ ਕਰਵਾਉਣੀ ਬਰੀਆਟਿਕ ਸਰਜਰੀ। ਡਾਕਟਰ ਜਸਮੀਤ ਸਿੰਘ ਆਲੂਵਾਲੀਆ ਬਰੀਆਟਿਕ ਸਰਜਰੀ ਦੇ ਸੁਪਰ ਸਪੈਸ਼ਲਿਸਟ ਹੈਗੇ, ਉਹਨਾਂ ਮੈਡੀਕਲ ਲਾਈਨ 'ਚ ਮਾਸਟਰ ਸਰਜਨ ਕਹਿੰਦੇ ਆ। ਭਾਜੀ ਸਿਰਫ ਉਹ ਬਰੀਆਟਿਕ ਸਰਜਰੀ ਨਹੀਂ ਕਰਦੇ, ਉਹ ਦਵਾਈਆਂ ਨਾਲ ਵੀ ਇਲਾਜ ਕਰਦੇ ਨੇ, ਡਾਇਟ ਕੰਟਰੋਲ ਵੀ ਕਰਕੇ ਇਲਾਜ ਕਰਦੇ ਨੇ, ਤੇ ਬਲੂਨਿੰਗ ਵੀ ਕਰਦੇ। ਉਹ ਭਾਜੀ ਤੁਸੀਂ ਘਬਰਾਉਂਦੇ ਕਾਹਨੂੰ, ਹਜ਼ਾਰਾਂ ਬੰਦੇ ਕੈਨੇਡਾ ਤੋਂ ਉੱਥੇ ਜਾ ਕੇ ਇਲਾਜ ਕਰਾ ਕੇ ਆਏ, ਸਾਰੇ ਸਵਰਗਾਂ 'ਚ ਝੂਟੇ ਲੈਣ ਦੇ, ਤੁਸੀਂ ਐਵੇਂ ਡਰੀ ਜਾਂਦੇ ਪਏ? ਤੇ ਭਾਜੀ ਫਿਰ ਤਾਂ ਮੈਂ, ਪਰ ਇੰਡੀਆ 'ਚ ਖਰਚਾ ਬੜਾ ਆ ਜਾਣਾ ਨਾ। ਸਾਡੇ ਪੰਜਾਬੀ ਲੋਕਾਂ ਦੀ ਸੋਚ ਹੀ ਖਰਚੇ ਬਾਰੇ ਜਾਂਦੀ ਹੈ। ਮੈਂ ਵੀ ਇਹ ਸੋਚਦਾ ਸੀ, ਮੈਂ ਹਿਸਾਬ ਲਾਇਆ ਜਿੰਨੇ ਦੀ ਬਰੀਆਟਿਕ ਸਰਜਰੀ ਜਿੰਦ 'ਚ ਹੋਈ ਅਤੇ ਜਿੰਨੇ ਦੀ ਇੱਥੇ ਹੁੰਦੀ ਸੀ, ਉਹ ਜਿਹੜਾ ਡਿਫਰੈਂਸ ਸੀ ਉਹਦੇ ਨਾਲ ਤਾਂ ਮੇਰੀ ਟਿਕਟ ਹੀ ਨਿਕਲਾਈ। ਅੱਛਾ ਜੀ, ਨਾਲ ਮੇਰੀ ਵਾਈਫ ਦੀ ਵੀ। ਭਾਜੀ ਪੱਕਾ ਮੈਂ ਇੰਡੀਆ ਜਾ ਕੇ ਸਟਾਰ ਹੋਸਪਿਟਲ ਦਾ ਟ੍ਰੀਟਮੈਂਟ ਕਰਾ ਕੇ ਨਾ ਇੱਥੇ ਆ ਕੇ ਅਤੇ ਇੰਡੀਆ 'ਚ ਸਵਰਗਾਂ ਦੇ ਝੂਟੇ ਲੈਣੇ ਆ ਜੀ।